ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਦਾ ਲਾਈਵ ਟੀਵੀ ਦੇਖਣ ਵਾਲੇ ਦੇਸ਼ਾਂ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਸ ਵੱਡੀਆਂ ਖਬਰਾਂ ਦੇ ਸ ਖਾਸ ਬਲਟਨ ਦੇ ਨਾਲ ਮੈਂ ਜਸਪ੍ਰੀਤ ਸਿੰਘ ਅੱਜ 14 ਅਪ੍ਰੈਲ ਦਿਨ ਐਤਵਾਰ ਖਬਰਾਂ ਦੇ ਸ ਖਾਸ ਬਲਟਨ ਵਿੱਚ ਤੁਹਾਨੂੰ ਸਾਰੀਆਂ ਵੱਡੀਆਂ ਤੇ ਤਾਜ਼ਾ ਤੇ ਅਹਿਮ ਖਬਰਾਂ ਦੱਸਾਂਗੇ ਸਭ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਜਾਣਕਾਰੀ ਕੜਾ ਕਰੇ ਤੋਂ ਆਪੋ ਤੋਂ ਮਿਲਗੀ ਰਹਾ ਹਾ ਤਾਂ ਮੀਂਹ ਸਨੇ ਕੌਜਾ ਥਾਮਾ ਤੇ ਹੋਵੇਗੀ ਗੜੇਮਾਰੀ ਆਈਐਮਡੀ ਦੇ ਵੱਲੋਂ ਅਲਰਟ ਜਾਰੀ ਆਮ ਲੋਕਾਂ ਨੂੰ ਆਉਣ ਵਾਲੇ ਕੌਜਾ ਹੋਰ ਹਰ ਦਿਨਾਂ ਦੇ ਵਿੱਚ ਆਪੱਖ ਦੀ ਗਰਮੀ ਤੋਂ ਰਾਹਤਾ ਮਿਲਣ ਵਾਲੀਆ ਦਰਅਸਲ ਮੌਸਮ ਵਿਭਾਗ ਨੇ ਅਗਲੇ ਕਈ ਦਿਨਾਂ ਦੇ ਲਈ ਅਲਰਟ ਜਾਰੀ ਕਰਦਿਆਂ ਕਹਿ ਕੇ 13 ਤੋਂ ਲੈ ਕੇ 15 ਅਪ੍ਰੈਲ ਤੱਕ ਦੇਖਦੇ ਕਈ ਹਿੱਸਿਆਂ ਵਿੱਚ ਗਰਜ ਮੀਂਹ ਅਤੇ ਗੜੇਮਾਰੀ ਹੋ ਸਕਦੇ ਹੈ ਸ਼ਨੀਵਾਰ ਸ਼ਾਮ ਦੇਖਦੇ ਕੋਜ ਹਿੱਸੇਨ ਵਿੱਚ ਚਮੀਆਂ ਅਤੇ ਤੇਜ਼ ਹਵਾਵਾਂ ਦੇ ਕਾਰਨ ਮੌਸਮ ਬਦਲ ਗਿਆ ਪੰਜਾਬੀਆਂ ਨੂੰ ਵੀ ਗਰਮੀ ਤੋਂ ਮਿਲੀ ਰਾਹਤ ਪੰਜਾਬ ਦੇ ਕੋਜ ਹਿੱਸੇਨ ਵਿੱਚ ਬੱਦਲ ਆਏ ਸ਼ਾਇਰੇ ਅਸਤੂ ਇਲਾਬਾ ਤੇਜ਼ ਹਵਾਵਾਂ ਦੇ ਵਿੱਚਕਾਰ ਗਰਜ ਚਮਕ ਦੇ ਨਾਲ ਵੀ ਪਿਆ ਕੋਜ ਇਲਾਕਿਆਂ ਵਿੱਚ ਭਾਰੀ ਬਾਰਿਸ਼ ਵੀ ਹੋਈ ਆ ਪੰਜਾਬ ਦੇ ਵਿੱਚ ਵੀ ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਅਤੇ ਹਲਕੇ ਬਾਰਿਸ਼ ਤੋਂ ਬਾਅਦ ਗਰਮੀ ਤੋਂ ਰਾਹਤ ਮਿਲੀ ਐਤਵਾਰ ਨੂੰ ਕਈ ਜ਼ਿਲ੍ਹਿਆਂ ਵਿੱਚ 40 ਤੋਂ ਲੈ ਕੇ 50 ਕਿਲੋਮੀਟਰ ਪ੍ਰਤੀ ਘੰਟਾ ਦੇ ਰਫ਼ਤਾਰ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਤੇਜ਼ ਹਵਾਵਾਂ ਚੱਲਣੀਆਂ ਕੁੱਝ ਜਿਲ੍ਹਾਂਾਂ ਵਿੱਚ ਗੜੇ ਵੀ ਪੈ ਸਕਦੇ ਹਨ ਸਰਕਾਰ ਨੇ ਬੈਟਨ ਦਾ ਡਸਟਰਬ ਹੋਣ ਦੇ ਕਾਰਨ 13 ਤੋਂ ਲੈ ਕੇ 15 April ਤੱਕ ਚੰਡੀਗੜ੍ਹ ਪੰਚਕੁਲਾ ਅਤੇ ਮਹਾਲੀ ਵਿੱਚ ਗਰਜ ਮੀਂਹ ਅਤੇ ਗੜੇ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ ਅਗਲੀ ਖਬਰ ਹੈ ਯੂਕੇ ਨੇ ਬੇਜਾ ਨਿਯਮਾਂ ਕੀਤੇ ਸਖਤ ਪ੍ਰਵਾਸਨ ਨੂੰ ਦਿੱਤਾ ਵੱਡਾ ਝਟਕਾ ਭਾਰਤਾਂ 'ਤੇ ਪਵੇਗਾ ਅਸਰ ਨहां ਦੋਸਤੋ ਰਿਸੀ ਸੁਨਾਕਾ ਸਰਕਾਰ ਨੇ ਦੇੱਦ ਵਿੱਚ ਪ੍ਰਵਾਸੀਆਂ ਦੀ ਆਮਦ ਨੂੰ ਘਟਾਉਣ ਦੇ ਲਈ ਯੂਨਾਈਟਿਡ ਕਿੰਗਡਮ ਦੇ ਬੱਚੇ ਨਵੇਂ ਵੀਜ਼ਾ ਨਿਯਮਾਂ ਪੇਸ਼ ਕੀਤੇ ਹਨ ਇਸ ਵਿੱਚ ਸਪਾਂਸਰਸ਼ਿਪ ਫੀਸ ਵਿੱਚ 55 ਫੀਸਦੀ ਤੋਂ ਵੱਧ ਦਾ ਵਾਅਦਾ ਕੀਤਾ ਗਿਆ ਭਾਰਤੀ ਮੂਲ ਦੇ ਲੋਕਾਂ ਸਮੇਤ ਯੂਕੇ ਫੈਮਿਲੀ ਵੀਜ਼ਾ ਦੇ ਲਈ ਸਪਾਂਸਰਸ਼ਿਪ ਦੀ ਮੰਗ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਹੋਣਾ ਘੱਟੋ ਘੱਟ 29000 ਪਾਉਂਡ ਸਾਲਾਨਾ ਤਨਖਾਹ ਹੋਣੀ ਚਾਹੀਦੀ ਹੈ ਪਹਿਲਾਂ ਇਹ 18000 ਪਾਉਂਡ ਤੋਂ ਅਗਲੇ ਸਾਲ ਇਸ ਆਮਦਨ ਨੂੰ ਵਧਾ ਕੇ 38700 ਪਾਉਂਡ ਤੱਕ ਕਰ ਦਿੱਤਾ ਜਾਵੇਗਾ ਇਹ ਪ੍ਰਧਾਨ ਮੰਤਰੀ ਸੋਨਕਾਟ ਤੇ ਗ੍ਰੈਸ ਕਾਤਰ ਜੇਮਸ ਕਲੀ ਵਰਲੇ ਦੇ ਪੈਕੇਜ ਦੇ ਵਿੱਚ ਆਖਰੀ ਉਪਾਅ ਹੈ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟੇ ਵਾਲੇ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਉਹਨਾਂ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਸਾਮ ਵਿੱਚ ਅਗਲੀ ਸਰਕਾਰ ਆਪ ਦੀ ਬਣੇਗੀ ਭਗਵੰਤ ਮਾਨ ਤਾਂ ਦੋਸਤੋ ਪੰਜਾਬ ਦੇ ਮੋੱਖ ਮੰਤਰੀ ਭਗਵੰਤ ਮਾਨ ਨੇ ਅਸਾਮ ਦੇ ਸੁਨਿਤਪੁਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਆਪ ਦੇ ਉਮੀਦਵਾਰ ਰਿਸ਼ੀ ਰਾਜ ਦੇ ਹੱਕ ਦੇ ਵਿੱਚ ਰੋਡ ਸ਼ੋਅ ਕੀਤਾ ਉਹਨਾਂ ਅਸਾਮ ਦੇ ਲੋਕਾਂ ਨੂੰ ਬਦਲਾਅ ਦੇ ਲਈ ਝਾੜੂ ਦਾ ਬਟਨ ਦਬਾਉਣ ਦੀ ਅਪੀਲ ਕੀਤੀ ਐਸਾ ਦਰਨ ਉਹਨਾਂ ਨੇ ਦਾਵਾ ਕੀਤਾ ਕਿ ਆਪ 2026 ਦੇ ਵਿੱਚ ਹੁਣ ਵਾਲੀਆਂ ਵਿਧਾਨ ਸਭਾ ਚੋਣਾਂ ਜਦ ਤੱਕ ਇਸubre ਵਿੱਚ ਸਰਕਾਰ ਬਣਾਏਗੀ ਉਹਨਾਂ ਨੇ ਕਹਿ ਕੇ ਤੁਸੀਂ ਮੇਰੇ ਕੋਲ ਲੈ ਕੇ ਲੈ ਲਓ ਆਪ 2026 ਦੇ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਮਗਰੋਂ ਆਸਾਮ ਦੇ ਵਿੱਚ ਸਰਕਾਰ ਬਣਾਵੇਗੀ ਅਗਲੀ ਖਬਰ ਅਭਿਸ਼ਬੈਚ ਹੈ ਸ਼ੈਡ ਸਕਦਾ ਹੈ ਵੱਡਾ ਪਰਮਾਣੂ ਯੁੱਧ ਜਨ ਉਸਤੋ ਇਰਾਨ ਅਤੇ ਇਜ਼ਰਾਈਲ ਵਿਚਾਲੇ ਕਿਸੇ ਵਕਤ ਵੀ ਜੰਗ ਸ਼ੈਡ ਸਕਦੇ ਹਨ ਦੇ ਬੋਲ ਇਹਦਾ ਐਲਾਨ ਵੀ ਕਰ ਦਿੱਤਾ ਗਿਆ ਜਸ ਨੇ ਅਮਰੀਕਾ ਸਮੇਤ ਕਈ ਦੇਸ਼ਾਂ ਨੂੰ ਭਾਜੜਾਂ ਪਾਰਤਨਾ ਨੇ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਇਰਾਨ ਦੇ ਵੱਲੋਂ ਇਸ ਹਮਲੇ ਦਰਾਨ ਪਰਮਾਣੂ ਬੰਬਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਕਿਉਂਕਿ ਕਿਸੇ ਵੀ ਹਾਲਤ ਵਿੱਚ ਇਰਾਨ ਆਪਣਾ ਯੂਕਰੇਨ ਵਰਗਾ ਹਾਲ ਨਹੀਂ ਹੁਣ ਦੇਣਾ ਚਾਹੁੰਦਾ ਇਰਾਨ ਦੇ ਵੱਲੋਂ ਇਜ਼ਰਾਇਲ ਤੇ ਹਮਲਾ ਕਰਨ ਦੀ ਗੱਲ ਆਕੀ ਗਈ ਹੈ ਜਿਹਦੇ ਚੱਲਦਿਆਂ ਉਹਦੇ ਵੱਲੋਂ ਜੰਗ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੇ ਗਿਆ ਇਰਾਨ ਦੇ ਇਸ ਐਲਾਨ ਨੇ ਵਿਸ਼ਵ ਭਰ ਦੇ ਕਈ ਦੇਸ਼ਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਇਹ ਜਾਣਕਾਰੀ ਅਮਰੀਕੀ ਅਖਬਾਰ ਬਾਲ ਸਟੇਟ ਜਰਨਲ ਦੇ ਵੱਲੋਂ ਦਿੱਤੀ ਆਪਣੀ ਰਿਪੋਰਟ ਦੇ ਵਿੱਚ ਅਮਰੀਕੀ ਇੰਟੈਲੀਜੈਂਸ ਦੇ ਹਵਾਲੇ ਦੇ ਵਿੱਚ ਨਰਸ਼ਰ ਕੀਤੀ ਗਈ ਹੈ। ਅਗਲੀ ਖਬਰ ਆਂਧਰਾ ਪ੍ਰਦੇਸ਼ ਤੋਂ ਰੋਡ ਐ ਸ਼ੋ ਦੇ ਦੌਰਾਨ ਪੱਥਰ ਵੱਜਣ ਦੇ ਕਾਰਨ ਮੱਖ ਮੰਤਰੀ ਰੈਡੀ ਜਕਮੀ ਤਾਂ ਦੋਸਤੋਂ ਆਂਧਰਾ ਪ੍ਰਦੇਸ਼ ਦੇ ਮੱਖ ਮੰਤਰੀ ਬਾਈ ਐਸ ਜਗਨਮੂਨਾ ਰੈਡੀ ਕਾਲਾ ਵਿਜੇਵਾੜ ਦੇ ਵਿੱਚ ਚੋਣ ਪ੍ਰਚਾਰ ਦੇ ਦੌਰਾਨ 81 ਸੈਂਕ ਪੇ ਵਿਅਕਤੀ ਦੇ ਵੱਲੋਂ ਸ਼ੱਕੀ ਤੌਰ ਤੇ ਪੱਥਰਾਂ ਦੇ ਨਾਲ ਕੀਤੇ ਹਮਲੇ ਦੇ ਵਿੱਚ ਜਕਮੀ ਹੋ ਗਏ। ਇਹ ਘਟਨਾ ਸੈਂਗਨਗਰਾ ਢਾਬਾ ਕੋਟਲਾ ਕੇਂਦਰ ਦੇ ਵਿੱਚ ਵਾਪਰੀ ਜਦੋਂ ਰੈਡੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਸਨ ਪੱਥਰ ਵਜਨ ਦੇ ਕਾਰਨ YSR ਕਾਂਗਰਸ ਪਾਰਟੀ ਮੁਕੀਦੀ ਕਬੀ ਅੱਖ ਤੇ ਸੱਟ ਲੱਗਿਆ YSRCP ਨੇਤਾਵਾਂ ਨੇ ਇਸ ਘਟਨਾ ਦੇ ਪਿੱਛੇ ਤੇਲਗੂ ਦੇ ਸਮਾ ਪਾਰਟੀ ਕਾਰਕੁਨਾਂ ਦਾ ਹੱਥ ਹੁੰਦਾ ਦੋਸ਼ ਲਾਇਆ ਹੈ। ਵਿੱਤ ਮੰਤਰੀ ਚੀਮਾ ਦਾ ਵੱਡਾ ਬਿਆਨ ਪਾਇਪਾ ਦਿੱਲੀ ਵਿੱਚ ਰਾਟਰਪਤੀ ਸ਼ਾਸਨ ਲਗਾਉਣਾ ਚਾਹੁੰਦੀ। ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸੰਘਾ ਚੀਮਾ ਨੇ ਪਾਇਪਾ ਦੀ ਕੇਂਦਰ ਸਰਕਾਰ ਦੇ ਉੱਪਰ ਗੰਭੀਰਾ ਦੋਸ਼ ਲਗਾਏ। ਸੰਗਰੂਰ ਵਿੱਚ ਗੱਲਬਾਤ ਕਰਦੇ ਹੋਏ ਪਾਇਪਾ ਦੀ ਕੇਂਦਰ ਸਰਕਾਰ ਦੇ ਉੱਤੇ ਦੋਸ਼ ਲਗਾਉਂਦੇ ਹੋਏ ਵਿੱਤ ਮੰਤਰੀ ਨੇ ਕਹਿ ਕੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਪੂਰਨਾ ਬਹੁਮਤ ਦੇ ਨਾਲ ਸਰਕਾਰ ਬਣੀ ਹੋਈ ਹੈ ਪਰ ਕੇਂਦਰਾ ਪਾਇਪਾ ਸਰਕਾਰ ਦਿੱਲੀ ਦੇ ਵਿੱਚ ਆਪ ਦੀ ਸਰਕਾਰ ਛੁੱਟ ਕੇ ਰਾਟਰਪਤੀ ਸ਼ਾਸਨ ਲਗਾਉਣਾ ਚਾਹੁੰਦੇ ਆ ਦੇ ਦੇ ਵਿੱਚ ਲੱਖਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਖਾਸ ਕਰਕੇ ਪੰਜਾਬ ਦੇ ਨੌਂ ਬਾਨ ਨੇ ਸ਼ਿਦੇ ਆਜਮਾ ਭਗਤ ਸਿੰਘ ਰਾਜਗੁਰੂ ਸੁਖਦੇਵ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਆਪਣੀ ਸ਼ਹਾਦਤ ਦਿੱਤੀ ਪਰ ਉਤੇ ਦੇਸ਼ ਦਾ ਸੰਵਿਧਾਨ ਅੱਜ ਖਤਰੇ ਵਿੱਚ ਆ ਭਾਰਤੀ ਜਨਤਾ ਪਾਰਟੀ ਵੀ ਦੇਸ਼ ਦੇ ਵਿੱਚ ਚੁਣੀ ਹੋਈ ਸਰਕਾਰ ਹੈ ਕੇਂਦਰ ਦਿੱਲੀ ਸਰਕਾਰ ਨੂੰ ਸੁੱਟਣ ਦੇ ਮਾਰੇ ਸਿਆਸਤਕਾਰੀਆ ਕੇਂਦਰ ਦੇ ਇਸ਼ਾਰੇ ਦੇ ਉੱਤੇ ਸਰਕਾਰੀ ਅਜੰਸਾ ਨੂੰ ਬੋਲਿਆ ਗਿਆ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਸ ਤਰ੍ਹਾਂ ਤੋੜਿਆ ਜਾਵੇ ਅਜਾਈ ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ਭਰ ਦੇ ਵਿੱਚ ਕਾਰੀਆ ਦੂਜੇ ਪਾਸੇ ਪੰਜਾਬ ਦੇ ਭਾਪਾ ਪ੍ਰਧਾਨ ਨੇ ਬੋਲਿਆ ਹੈ ਕਿ ਪੰਜਾਬ ਦੇ ਵਿੱਚ ਰਾਟਰਪਤੀ ਸ਼ਾਸਨ ਲਗਾ ਦੇਵੋ ਪੰਜਾਬ ਦੇ ਗਵਰਨਰ ਨੇ ਵੀ ਕਈ ਵਾਰ ਬੁਲਾਇਆ ਕਿ ਮੈਂ ਪੰਜਾਬ ਦੇ ਬਚ ਰដ្ឋਪਤੀ ਸ਼ਾਸਨ ਲਗਾ ਦੇ ਮੰਗਾ। ਮੋਬਾਈਲ ਆ ਪੋਲਿੰਗਾਂ ਟੀਮ ਆ ਕਰ ਕਰ ਪਹੁੰਚ ਕੇ ਬਜ਼ੁਰਗਾਂ ਤੇ ਅਪਾਹੇਦਾਂ ਪਵਾਰੀ ਵੋਟਾਂ। ਉੱਤਰ ਪ੍ਰਦੇਸ਼ ਦੇ ਬਲੰਦ ਸ਼ਹਿਰ ਜ਼ਿਲ੍ਹੇ ਦੇ ਲੋਕ ਸਭਾ 14 ਨੇ ਬੱਚਾ ਕੱਲ ਸਖਤ ਸੁਰੱਖਿਆ ਦੇ ਵਿੱਚ ਕਰ VOTING ਹੋਈ 85 ਸਾਲ ਦੀ ਉਮਰ ਨੂੰ ਪਾਰ ਕਰ ਚੁੱਕੇ ਸੀਨੀਅਰ ਸਿਟੀਜ਼ਨਾਂ ਵੋਟਰਾਂ ਨੇ ਕੱਲ ਮੋਬਾਈਲ ਆ ਪੋਲਿੰਗਾਂ ਟੀਮ ਦਰਾਂ ਵੋਟਾਂ ਪਾਈਆਂ 85 ਸਾਲ ਦੀ ਉਮਰ ਨੂੰ ਪਾਰ ਕਰ ਚੁੱਕੇ ਸਾਰੇ ਸੀਨੀਅਰ ਸਿਟੀਜ਼ਨ ਵੋਟਰਾਂ ਨੂੰ ਵੋਟਾ ਪਾਉਣ ਦੇ ਲਈ ਮੋਬਾਈਲ ਪੋਲਿੰਗ ਪਾਰਟੀਆਂ ਘਰ-ਘਰ ਪਹੁੰਚੀਆਂ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਸੀਨੀਅਰ ਸਿਟੀਜ਼ਨ ਵੋਟ ਪਾਈ ਮੋਬਾਈਲ ਆ ਪੋਲਿੰਗ ਆ ਪਾਰਟੀਆਂ 85 ਸਾਲ ਦੀ ਉਮਰ ਪਾਰ ਕਰ ਚੁੱਕੇ ਵੋਟਰਾਂ ਦੇ VOTING ਆ ਫਾਰਮ ਲੈ ਕੇ ਘਰ-ਘਰ ਪਹੁੰਚੇ ਜਰ ਕੇ 40% ਤੋਂ ਬਾਅਦ ਅਪਾਹਜ ਵੋਟਰਾਂ ਤੇ ਜਿਨ੍ਹਾਂ ਨੂੰ ਚੋਣ ਕਮਿਸ਼ਨ ਨੇ ਘਰ-ਘਰ ਜਾ ਕੇ ਵੋਟ ਪਾਉਣ ਦੀ ਸਹੂਲਤ ਦਿੱਤੀ ਅਗਲੀ ਖਬਰਾਂ RJD ਨੇ ਜਾਰੀ ਕੀਤਾ ਚੋਣ ਦਾ ਐਲਾਨਨਾਮਾ 1 ਕਰੋੜ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਵਾਦਾ। ਜਿਵੇਂ ਕਿ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਪਾਰਟੀ RJD ਨੇ ਆਗੂ ਤੇਜਸਵੀ ਯਾਦਵ ਨੇ ਸਿਨਚਰਬਾ ਨੂੰ ਲੋਕ ਸਭਾ ਚੋਣ ਦਲੇ ਪਾਰਟੀ ਦਾ ਚੋਣ ਐਲਾਨਨਾਮਾ ਜਾਰੀ ਕੀਤਾ ਜਿਸ ਵਿੱਚ ਦੇਸ਼ ਭਰ ਦੇ 1 ਕਰੋੜ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਅਤੇ ਗਰੀਬ ਪਰਿਵਾਰਾਂ ਦੀਆਂ ਪੈਣ ਨੂੰ 1 ਲੱਖ ਰੁਪਏ ਪ੍ਰਤੀ ਸਾਲ ਦੇਣ ਦਾ ਵਾਅਦਾ ਕੀਤਾ ਗਿਆ ਆਰਜीडी ਨੇ ਆਪਣੇ ਚੋਣਾਂ ਐਲਾਨਨਾਮੇ ਨੂੰ ਪਰਿਵਰਤਨ ਪੱਤਰ ਦਾ ਨਾਮ ਦਿੱਤਾ ਆਰਜीडी ਦੇ ਬਦਲਾ ਪੱਤਰ ਦੇ ਵਿੱਚ ਜਨਤਾ ਦੇ ਨਾਲ 24 ਵਾਅਦੇ ਕੀਤੇ ਗਏ ਅਤੇ ਜਿਨ੍ਹਾਂ ਦੇ ਵਿੱਚ ਕਿਹਾ ਗਿਆ ਕਿ ਅਸੀਂ ਅੱਜ ਪਰਿਵਰਤਨ ਪੱਤਰ ਜਾਰੀ ਕੀਤਾ ਅਸੀਂ 2024 ਦੀਆਂ ਲੋਕ ਸਭਾ ਚੋਣਾਂ ਦੇ ਲਈ 24 ਵਾਅਦੇ ਲੈ ਕੇ ਆਏ ਹਾਂ ਬਿਹਾਰ ਦੇ ਵਿਕਾਸ ਦੇ ਲਈ ਅੱਜ ਅਸੀਂ ਜੋ ਵੀ ਵਾਅਦਾ ਕਰਾਂਗੇ ਉਸ ਨੂੰ ਪੂਰਾ ਕਰਾਂਗੇ ਉਹਨਾਂ ਨੇ ਕਹਿ ਕੇ ਅਸੀਂ ਜੋ ਵੀ ਵਾਅਦਾ ਕਰਦੇ ਅਸ ਨੂੰ ਪੂਰਾ ਕਰਦੇ ਅਸੀਂ 2020 ਦੇ ਵਿੱਚ ਵਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਜੋ ਵੀ ਵਾਅਦੇ ਕੀਤੇ ਸਨ ਅਸੀਂ ਆਪਣੇ 17 ਮਹੀਨਾ ਦੇ ਕਾਰਜਕਾਲ ਦੇ ਵਿੱਚ ਉਹਨਾਂ ਵਾਦਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਹਿ ਕੇ ਅਸੀਂ 5 ਲੱਖ ਸਰਕਾਰੀ ਨੌਕਰੀਆਂ ਦਾ ਪ੍ਰਬੰਧ ਕੀਤਾ ਜਾਤੀ ਆਧਾਰਿਤ ਮਰਦਮ ਸ਼ੁਮਾਰੀ ਕੀਤੀ ਗਿਆ ਤੇ ਰਾਕਮਾਂ ਕਰਨ ਦੀ ਹੱਦ ਉਧਾ ਕੇ 75% ਤੱਕ ਕਰ ਦਿੱਤੀ ਗਈ ਜਾਦਵ ਨੇ ਅੱਗੇ ਕਹਿ ਕੇ ਜੇਕਰ ਵਿਰੋਧੀ ਤੜਾ ਇੰਡੀਆ ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਆਉਂਦਾ ਤਾਂ ਦੇਸ਼ ਭਰ ਦੇ ਵਿੱਚ 1 ਕਰੋੜ ਬੇਰੁਜ਼ਗਾਰ ਨੌਂ ਬਨਣ 1 ਕਰੋੜ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ ਉਹਨਾਂ ਨੇ ਕਹਿ ਕੇ ਇਸ ਸਾਲ ਰਕੜੀ ਦੇ ਮੌਕੇ ਤੇ ਅਸੀਂ ਗਰੀਬ ਪਰਿਵਾਰਾਂ ਦੇ ਨਾਲ ਸਬੰਧਤ ਆਪਣੀਆਂ ਭੈਣਾਂ ਨੂੰ ਸਾਲਾਨਾ 1 ਲੱਖ ਰੁਪਏ ਦੇਵਾਂਗੇ ਚੋਣਾਂ ਐਲਾਨ ਨਮਿਤ ਵਿੱਚ ਸਰਕਾਰੀ ਕਰਮਚਾਰੀਆਂ ਦੇ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਅਤੇ 500 ਰੁਪਏ ਦੇ ਵਿੱਚ एलपीजी सिलेंडर मुहैया ਕਰਵਾਉਣ ਦਾ ਵਾਅਦਾ ਵੀ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਇਸ ਸਮੇਂ ਦੇਸ਼ ਭਰ ਦੇ ਵਿੱਚ 30 ਲੱਖ ਤੋਂ ਵੱਧ ਸਰਕਾਰੀ ਅਸਾਮੀਆਂ ਖਾਲੀ ਹਨ ਜਿਨ੍ਹਾਂ ਨੂੰ ਭਰ ਕੇ 70 ਲੱਖ ਨੌਕਰੀਆਂ ਯਾਨੀ ਕਿ ਅਸਾਮੀਆਂ ਪੈਦਾ ਕੀਤੀਆਂ ਜਾਣਗੀਆਂ। ਅਗਲੀ ਖਬਰਾਂ ਕੰਮ ਦੀ ਖਬਰ ਐਸਾ ਜੋ ਇਹਨਾਂ ਦੇ ਨਾਲ ਆਪਣੇ ਬੁਢਾਪੇ ਨੂੰ ਬਣਾਉ ਸੁਰੱਖਿਅਤ 210 ਰੁਪਏ ਦੇ ਵਿੱਚ ਮਿਲੇਗੀ 5000 ਰੁਪਏ ਮਹੀਨਾ ਪੈਨਸ਼ਨ। ਜੇਕਰ ਤੁਸੀਂ ਰਟਾਇਰਮੈਂਟ ਤੋਂ ਬਾਅਦ ਆਰਮੀਨਿਆ ਕੋਜਾ ਪੈਸਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਅਟਲਾ ਪੈਨਸ਼ਨ ਜੋਇਨਾ ਤੁਹਾਡੇ ਲਈ ਸਹੀ ਬਕਲਪ ਹੈ ਅਟਲਾ ਪੈਨਸ਼ਨ ਜੋਇਨਾ ਤਹਿਤ 60 ਸਾਲ ਪੂਰੇ ਹੋਣ ਤੋਂ ਬਾਅਦ ਹਰ ਮਹੀਨੇ 1000 ਤੋਂ ਲੈ ਕੇ 5000 ਰੁਪਏ ਮਹੀਨਾ ਦੀ ਪੈਨਸ਼ਨ ਮਿਲਦੀ ਹੈ ਇਸ ਸਕੀਮ ਦੇ ਵਿੱਚ ਹਰ ਮਹੀਨੇ 210 ਰੁਪਏ ਜਮ੍ਹਾਂ ਕਰਵਾ ਕੇ 5000 ਰੁਪਏ ਦੀ ਪੈਨਸ਼ਨ ਪ੍ਰਾਪਤ ਕਰਨ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ ਇਸ ਸਕੀਮ ਦਰਾਂ ਤੁਸੀਂ ਆਪਣੇ ਬੁਢਾਪੇ ਨੂੰ ਸੁਰੱਖਿਅਤ ਕਰ ਸਕਦੇ ਹੋ ਨਿਵੇਸ਼ 20 ਸਾਲਾਂ ਦੇ ਲਈ ਕਰਨਾ ਹੁੰਦਾ ਅਟਲ ਪੈਨਸ਼ਨ ਜੋਇਨਾ ਤਹਿਤ 60 ਸਾਲ ਦੀ ਉਮਰ ਹੋ ਜਾਣ ਤੇ ਹਰ ਮਹੀਨੇ ਪੈਨਸ਼ਨ ਦਿੱਤੇ ਜਾਂਦੇ ਆ 18 ਤੋਂ ਲੈ ਕੇ 40 ਸਾਲ ਦੀ ਉਮਰ ਦਾ ਵਿਅਕਤੀ ਇਸ ਵਿੱਚ ਨਿਵੇਸ਼ ਕਰ ਸਕਦਾ ਹੈ ਤੇ ਇਸ ਸਕੀਮ ਵਿੱਚ ਘੱਟੋ ਘੱਟ 20 ਸਾਲ ਦੇ ਲਈ ਨਿਵੇਸ਼ ਕਰਨਾ ਹੋਵੇਗਾ ਅਟਲ ਪੈਨਸ਼ਨ ਜੋਇਨਾ ਵਿੱਚ ਨਿਵੇਸ਼ ਕਰਨ ਦੇ ਲਈ ਤੁਹਾਡੇ ਬੈਸਰੀ ਕਿੰਨੀ ਕਟੌਤੀ ਕਿਤੇ ਆਵੇਗੀ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੀ ਪੈਨਸ਼ਨ ਚਾਹੁੰਦੇ ਹੋ 1000 ਤੋਂ ਲੈ ਕੇ 5000 ਰੁਪਏ ਦੇ ਪੈਨਸ਼ਨ ਦੇ ਲਈ ਤੁਹਾਨੂੰ 42 ਤੋਂ ਲੈ ਕੇ 210 ਰੁਪਏ ਪ੍ਰਤੀ ਮਹੀਨਾ ਦੇਣੇ ਪੈਣਗੇ ਇਹ 18 ਸਾਲ ਦੀ ਉਮਰ ਦੇ ਬੱਚਾ ਨਿਵੇਸ਼ ਕਰਨਾ ਸੰਭਵ ਹੋਵੇਗਾ ਜੇਕਰ ਕੋਈ 40 ਸਾਲ ਦੀ ਉਮਰ ਦੇ ਬੱਚਾ ਇਸ ਸਕੀਮਾ ਲੈਂਦਾ ਤਾਂ ਉਸ ਨੂੰ 291 ਰੁਪਏ ਤੋਂ 1454 ਰੁਪਏ ਪ੍ਰਤੀ ਮਹੀਨਾ ਯੋਗਦਾਨ ਦੇਣਾ ਹੋਵੇਗਾ ਤੁਸੀਂ ਇਸ ਸਕੀਮ ਨੇ ਬੈਚ ਜਾਂ ਮਹੀਨਾਵਾਰ ਤੇ ਮਹੀਨਿਆਂ 6 ਮਹੀਨਾ ਦੀ ਮਿਆਦ ਬੈਚ ਜਾਂ ਨਿਵੇਸ਼ ਕਰ ਸਕਦੇ ਹੋ ਨਿਸ਼ਚਿਤ ਰਕਮ ਤੁਹਾਡੇ ਖਾਤੇ ਵਿੱਚੋਂ ਆਪਣੇ ਆਪ ਕੱਟੀ ਜਾਵੇਗੀ ਤੇ ਪੈਨਸ਼ਨ ਖਾਤੇ ਵਿੱਚ ਜਮ੍ਹਾਂ ਕਰ ਦਿੱਤੀ ਜਾਵੇਗੀ